ਅੱਗੇ ਵਧਾਂਗੇ। ਸੰਗਰੂਰ ਦੇ ਵਿੱਚ ਹਾਦਸਾ ਵਾਪਰਿਆ ਹੈ। ਮਿੱਟੀ ਦੇ ਹੇਠ ਦੱਬੇ ਦੋ ਚਚੇਰੇ ਭਰਾ ਜੀਆਂ, ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਲਾਬ ਦੇ ਨੇੜੇ ਜੋ ਹੈ ਉਹਨਾਂ ਵੱਲੋਂ ਖੱਡਾ ਪੁੱਟਿਆ ਜਾ ਰਿਹਾ ਸੀ ਔਰ ਮਿੱਟੀ ਦੀਆਂ ਟਿੱਗਾਂ ਡਿੱਗੀਆਂ, ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ। ਪਿੰਡ ਚੱਠਾ ਨਨਹੇੜਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਸੰਗਰੂਰ 'ਚ ਮਿੱਟੀ ਦੇ ਹੇਠ ਦੋ ਚਚੇਰੇ ਭਰਾ ਜੋ ਨੇ ਉਹ ਦੱਬ ਗਏ, ਜਿਨ੍ਹਾਂ ਦੇ ਵਿੱਚ ਇੱਕ ਦੀ ਜਾਨ ਚਲੀ ਗਈ ਹੈ, ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਲਾਬ ਦੇ ਨੇੜੇ ਹੀ ਉਹਨਾਂ ਵੱਲੋਂ ਖੱਡਾ ਪੁੱਟਿਆ ਜਾ ਰਿਹਾ ਸੀ। ਮਿੱਟੀ ਦੀਆਂ ਟਿੱਗਾਂ ਜਦੋਂ ਡਿੱਗੀਆਂ ਤਾਂ ਪਿੰਡ ਚੱਠਾ ਨਨਹੇੜਾ ਦੇ ਵਿੱਚ ਇਸ ਮੌਕੇ ਸੋਗ ਦਾ ਮਾਹੌਲ ਪਾਇਆ ਜਾ ਰਿਹਾ, ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਸੋ ਇਹ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ, ਪਿੰਡ ਦੇ ਲੋਕ ਉਹ ਇਕੱਠੇ ਹੋਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਲਾਬ ਦੇ ਨੇੜੇ ਜੋ ਹੈ ਖੱਡਾ ਪੁੱਟਿਆ ਜਾ ਰਿਹਾ ਸੀ ਜਦੋਂ ਇਹ ਪੂਰਾ ਹਾਦਸਾ ਵਾਪਰਿਆ, ਟਿੱਗਾਂ ਡਿੱਗੀਆਂ। ਸੋ ਅਚਾਨਕ ਹੀ ਅਜਿਹੀਆਂ ਘਟਨਾਵਾਂ ਜੋ ਨੇ ਉਹ ਜ਼ਰੂਰ ਸਾਹਮਣੇ ਆਉਂਦੀਆਂ ਨੇ, ਅਜਿਹੀਆਂ ਖਬਰਾਂ ਜੋ ਹੈ ਸੁਣਨ ਨੂੰ ਹੀ ਮਿਲਦੀਆਂ ਨੇ। ਤਾਂ ਮਿੱਟੀ ਦੇ ਟਿੱਗਾਂ ਦੇ ਹੇਠਾਂ ਹੁਣ ਦੋ ਚਚੇਰੇ ਭਰਾ ਦਵੇ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ ਹੈ। ਸੰਗਰੂਰ ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਚੱਠਾ ਨਨਹੇੜਾ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਸਾਹਮਣੇ ਆਇਆ। ਮਿੱਟੀ ਦੇ ਹੇਠ ਦੋ ਚਚੇਰੇ ਭਰਾ ਦਵੇ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿੱਟੀ ਦੇ ਖੱਡੇ ਜਦੋਂ ਪੁੱਟੇ ਜਾ ਰਹੇ ਸਨ ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ। ਮਿੱਟੀ ਦੀਆਂ ਟਿੱਗਾਂ ਜੋ ਨੇ ਉਹ ਡਿੱਗੀਆਂ, ਜਿਸ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਣਗੇ। ਪਿੰਡ ਚੱਠਾ ਨਨਹੇੜਾ 'ਚ ਇਸ ਮੌਕੇ ਸੋਗ ਦੀ ਲਹਿਰ ਹੈ, ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗੇ ਵਧਾਂਗੇ। ਸੰਗਰੂਰ ਦੇ ਵਿੱਚ ਹਾਦਸਾ ਵਾਪਰਿਆ ਹੈ। ਮਿੱਟੀ ਦੇ ਹੇਠ ਦੱਬੇ ਦੋ ਚਚੇਰੇ ਭਰਾ ਜੀਆਂ, ਇੱਕ ਦੀ ਮੌਤ ਹੋ ਗਈ ਹੈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਲਾਬ ਦੇ ਨੇੜੇ ਜੋ ਹੈ ਉਹਨਾਂ ਵੱਲੋਂ ਖੱਡਾ ਪੁੱਟਿਆ ਜਾ ਰਿਹਾ ਸੀ ਔਰ ਮਿੱਟੀ ਦੀਆਂ ਟਿੱਗਾਂ ਡਿੱਗੀਆਂ, ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ। ਪਿੰਡ ਚੱਠਾ ਨਨਹੇੜਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਸੰਗਰੂਰ 'ਚ ਮਿੱਟੀ ਦੇ ਹੇਠ ਦੋ ਚਚੇਰੇ ਭਰਾ ਜੋ ਨੇ ਉਹ ਦੱਬ ਗਏ, ਜਿਨ੍ਹਾਂ ਦੇ ਵਿੱਚ ਇੱਕ ਦੀ ਜਾਨ ਚਲੀ ਗਈ ਹੈ, ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਲਾਬ ਦੇ ਨੇੜੇ ਹੀ ਉਹਨਾਂ ਵੱਲੋਂ ਖੱਡਾ ਪੁੱਟਿਆ ਜਾ ਰਿਹਾ ਸੀ। ਮਿੱਟੀ ਦੀਆਂ ਟਿੱਗਾਂ ਜਦੋਂ ਡਿੱਗੀਆਂ ਤਾਂ ਪਿੰਡ ਚੱਠਾ ਨਨਹੇੜਾ ਦੇ ਵਿੱਚ ਇਸ ਮੌਕੇ ਸੋਗ ਦਾ ਮਾਹੌਲ ਪਾਇਆ ਜਾ ਰਿਹਾ, ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਸੋ ਇਹ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ, ਪਿੰਡ ਦੇ ਲੋਕ ਉਹ ਇਕੱਠੇ ਹੋਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਲਾਬ ਦੇ ਨੇੜੇ ਜੋ ਹੈ ਖੱਡਾ ਪੁੱਟਿਆ ਜਾ ਰਿਹਾ ਸੀ ਜਦੋਂ ਇਹ ਪੂਰਾ ਹਾਦਸਾ ਵਾਪਰਿਆ, ਟਿੱਗਾਂ ਡਿੱਗੀਆਂ। ਸੋ ਅਚਾਨਕ ਹੀ ਅਜਿਹੀਆਂ ਘਟਨਾਵਾਂ ਜੋ ਨੇ ਉਹ ਜ਼ਰੂਰ ਸਾਹਮਣੇ ਆਉਂਦੀਆਂ ਨੇ, ਅਜਿਹੀਆਂ ਖਬਰਾਂ ਜੋ ਹੈ ਸੁਣਨ ਨੂੰ ਹੀ ਮਿਲਦੀਆਂ ਨੇ। ਤਾਂ ਮਿੱਟੀ ਦੇ ਟਿੱਗਾਂ ਦੇ ਹੇਠਾਂ ਹੁਣ ਦੋ ਚਚੇਰੇ ਭਰਾ ਦਵੇ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ ਹੈ। ਸੰਗਰੂਰ ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਚੱਠਾ ਨਨਹੇੜਾ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਸਾਹਮਣੇ ਆਇਆ। ਮਿੱਟੀ ਦੇ ਹੇਠ ਦੋ ਚਚੇਰੇ ਭਰਾ ਦਵੇ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿੱਟੀ ਦੇ ਖੱਡੇ ਜਦੋਂ ਪੁੱਟੇ ਜਾ ਰਹੇ ਸਨ ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ। ਮਿੱਟੀ ਦੀਆਂ ਟਿੱਗਾਂ ਜੋ ਨੇ ਉਹ ਡਿੱਗੀਆਂ, ਜਿਸ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਣਗੇ। ਪਿੰਡ ਚੱਠਾ ਨਨਹੇੜਾ 'ਚ ਇਸ ਮੌਕੇ ਸੋਗ ਦੀ ਲਹਿਰ ਹੈ, ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ।